ਅਲੀ ਵੈਸ ਭੁੱਖ ਲੱਗੀ ਐ ਅੱਛਾ ਰੋਟੀ ਦਾ ਕਿਰੋ ਕੋਈ ਕਰ ਯਾਰ ਪੈਸੇ ਤੇ ਮੇਰੇ ਕੋ ਕੋਨੂ ਹੈਣ ਤੇ ਚੱਲਨੇ ਆ ਯਾਰ ਕੋਲ ਤੈਨੂੰ ਖਵਾ ਕੇ ਲਿਆਉਣੇ ਆ ਤੇ ਅੱਜ ਨੂੰ ਠੱਗੀ ਯਾਰ ਖਵਾਉਂਦਾ ਨਹੀਂ ਐ ਚਲੋ ਚਲੋ ਅਸਲਾਮੁਅਲੈਕੁਮ ਜੀ ਵਾਹਿਗੁਰੂ ਚਾਏ ਪੀਓਗੇ ਪਾਣੀ ਪੀਓ ਦੇ ਜੀ ਯਾਰ ਬਹੁਤ ਹੈ ਤੇ ਪਾਣੀ ਪੀਵਾਂ ਤੇ ਪਹਿਲਾਂ ਫਿਰ ਚਾਹ ਰੱਖਣਾ ਪਾਣੀ ਪੀਣਾ ਪਾਣੀ ਪੀਣਾ ਯਾਰ ਗੱਲ ਐਂਜੇ ਕਿ ਘਰੇ ਦੇ ਘਰ ਕੋਈ ਨਹੀਂ ਇਹ ਕਿਹੜੀ ਗੱਲ ਨਹੀਂ ਨਹੀਂ ਭਾਈ ਬੋਤਲ ਪਿਆਉਂਦੇ ਸਨ ਤੇ 100 ਰੁਪਿਆ ਦਿਓ ਮੈਂ ਮੁੰਡੇ ਨੂੰ ਟੋਰਨਾ ਬੋਤਲ ਲੈ ਆਉਂਦਾ ਘਰੇ ਦੇ ਆਉਂਦੇ ਨੇ ਤੇ ਤੁਹਾਨੂੰ ਵਾਪਸ ਕਰ ਦੇਣੇ ਗਾੜੀ ਕੋਈ ਨਹੀਂ ਟੈਨਸ਼ਨ ਨਾ ਲਓ ਬਾਈ ਦਿਓ ਜੀ ਮੈਂ ਚਾਹੀਦੇ 100 ਰੁਪਿਆ ਦਿਓ ਨਾ ਬੋਤਲ ਮੰਗਵਾ ਲੈਂਦੇ ਹਾਂ ਬੋਤਲ ਲੈ ਕੇ ਆ ਜਲਦੀ ਜਲਦੀ ਆ ਠੰਡੀ ਲਿਆਵੀਂ ਕੋਕ ਦੀ ਠੰਡੀ ਲਿਆਵੀਂ ਸਾਜਾ ਆ ਗਿਆ ਜੀ ਬਹੁਤ ਠੰਡੀ ਲਿਆਵੀਂ ਬੋਤਲ ਠੰਡੀ ਲਿਆ ਕੇ ਬਹੁਤ ਸਾਰੇ ਖੜਾ ਜੀ ਮਾਸ਼ਾ ਅੱਲਾ ਪਾਣੀ ਆ ਗਿਆ ਜੀ ਠੰਡੀ ਬੜੀ ਆ ਸ਼ੁਕਰ ਹੈ ਪਾਣੀ ਆਏ ਕੁਛ ਇੱਕ ਮਿੰਟ ਭਾਈ ਜੀ ਮੈਂ ਚੈੱਕ ਕਰ ਲਾਂ ਠੰਡੀ ਹੈ ਕਿ ਨਹੀਂ ਆ ਨਹੀਂ ਨਹੀਂ ਕੋਈ ਨਹੀਂ ਮੈਂ ਚੈੱਕ ਕਰ ਲੈਂਦੇ ਸਾਰੇ ਫਰਿਜ ਵਿੱਚ ਰੱਖ ਕੇ ਮਹਿਮਾਨਾਂ ਨੂੰ ਗਰਮ ਬੋਤਲ ਨਹੀਂ ਪਾਈਦੀ ਇਹਨੂੰ ਫਰਿਜ ਵਿੱਚ ਰੱਖ ਕੇ ਅੱਜ ਤੇ ਗੇਮ ਉਲਟੀ ਪੈ ਗਈ ਹੈ ਹੁਣ ਤੇ ਵੀ ਅੱਖਾਂ ਕੱਢਣ ਲੱਗੇ ਆ ਵੇ ਚਲੋ ਵੇ ਨਹੀਂ ਕੋਈ ਮਸਲਾ ਨਹੀਂ ਯਾਰ ਕੋਈ ਕੁਝ ਨਹੀਂ ਅੱਛਾ ਬੋਤਲ ਠੰਡੀ ਹੁੰਦੀ ਆ ਕਾਫੀ ਟਾਈਮ ਲੱਗਣਾ ਮੇਰਾ ਦਿਲ ਚਾਹ ਮੰਗਵਾ ਲੈਣੀ ਆ ਬੋਤਲ ਹੀ ਇਹਦਾ ਠੀਕ ਹੈ ਜੀ ਮਸਲਾ ਹੀ ਕੌਣ ਸੀ ਉਹਨੂੰ ਹੈ ਤੇਰੇ ਨਾਲ ਤੇਰਾ ਦੋਸਤ ਇਹ ਤੇ ਗੱਲ ਮਾੜੀ ਬੰਦੀ ਹੈ ਬੋਤਲ ਗਰਮ ਪਿਆਣਾ ਚਲੋ ਸਹੀ ਤੇ ਚਾਹ ਦਾ ਕੋਈ ਕਰ ਲੈਣੇ ਆ ਚਲੋ ਕਰਾ ਲਓ ਚਾਹ ਬਣਾ ਘਰੇ ਦੇ ਘਰ ਕੋਈ ਨਹੀਂ ਤੂੰ ਦੱਸਿਆ ਇਹ ਰੋਈ ਗੱਲ ਹੈ ਯਾਰ 200 ਰੁਪਿਆ ਦੇ ਆਉਂਦੇ ਨੇ ਤੇ ਇਕੱਠੇ ਦੇ ਇਕੱਠੇ ਤੂੰ ਵਾਪਸ ਲੈ ਲੈ ਇਹ ਚੰਗੇ ਸੀ ਮਹਿਮਾਨ ਹੋਏ ਯਾਰ ਅਸੀਂ ਰੁਪਈਏ ਵੇਚੀ ਤੇ ਚੱਲ 200 ਦੇ ਜਲਦੀ ਕਰ ਜਲਦੀ ਕਰ ਸਾਡੀ ਹੁਣ ਲੈ ਕੇ ਵਾਪਸ ਜਾ ਅੱਜ ਕੱਪੜੇ ਲਵਾਉਣ ਲੱਗੇ ਘਰ ਆਏ ਜੇ ਹਲੋ ਹਸਤਾ ਉਹ ਜੇ ਓਏ ਬੰਨੇ 200 ਰੁਪਿਆ ਲੈ ਤੇ ਦੁਕਾਨ ਤੋਂ ਦੁੱਧ ਲੈ ਕੇ ਆ ਤੇ ਚਾਹ ਬਣਵਾ ਮੈਨੂੰ ਦੁੱਧ ਚੈੱਕ ਕਰਾ ਲਈ ਚਲੋ ਮੈਂ ਲਾ ਜਲਦੀ ਲੈ ਕੇ ਆ ਆ ਨਹੀਂ ਯਸਤਾ ਜੀ ਆ ਜਾਂਦਾ ਹੋਰ ਬਾਕੀ ਸਭ ਵਧੀਆ ਆ ਲਿਆ ਹੋਣਾ ਗਲਾਸ ਦੁੱਧ ਚੈੱਕ ਕਰੀ ਸਹੀ ਆ ਨਹੀਂ ਦੁੱਧ ਲੈ ਕੇ ਆਇਓ ਆਹੋ ਇਹ ਚੈੱਕ ਕਰਵਾ ਹਾਂ ਇਹ ਚੈੱਕ ਕਰੋ ਜੀ ਯਾਰ ਮੈਂ ਨਾ ਚਾਹ ਨਹੀਂ ਪੀਂਦਾ ਮੈਂ ਦੁੱਧ ਪੀ ਲੈਣਾ ਤੁਹਾਡੇ ਵਾਸਤੇ ਚਾਹ ਲੈ ਆਉਂਦਾ ਦੁੱਧ ਸਹੀ ਹੈ ਅੱਜ ਤੋਂ ਬਾਅਦ ਨਹੀਂ ਹੈ ਆਵਾਂਗੇ ਕੀ ਗੱਲ ਹੈ ਬਸ ਬਾਈ ਜਾਨ ਰੋਟੀ ਤੇ ਖਾ ਕੇ ਜਾਣਾ ਤੁਸੀਂ ਰੋਟੀ ਮੰਗਵਾਉਣੇ ਆ ਰੋਟੀ ਖਾ ਕੇ ਜਾਣਾ ਨਹੀਂ ਨਹੀਂ ਕੋਈ ਜ਼ਰੂਰਤ ਰੋਟੀ ਦੀ ਯਾਰ ਨਹੀਂ ਖਾ ਕੇ ਜਾਣਾ ਅੱਛਾ ਖਾ ਰੋਟੀ ਖਾ ਕੇ ਜਾਣਾ ਜੋ ਘਰ ਪੱਕੇ ਆ ਜਾਣਾ ਉਹ ਲੈ ਦਾਲ ਪੱਕੀ ਸਬਜ਼ੀ ਪੱਕੀ ਲੈ ਹੋਰ ਸਾਨੂੰ ਕੋਈ ਨਹੀਂ ਤਲਬ ਕੋਈ ਨਹੀਂ ਨਾਲ ਤੁਹਾਡੇ ਦੋਸਤ ਤੇ ਰੋਟੀ ਚੰਗੀ ਮੰਗਵਾਉਣੇ ਆ ਹੋਟਲ ਤੋਂ ਪੀਜ਼ਾ ਮੰਗਵਾ ਲੈਨੇ ਆ ਚਲੋ ਲੈ ਉਹ ਪੀਜ਼ਾ ਹੀ ਬਸ ਇਹਦੇ ਘਰ ਕੋਈ ਨਹੀਂ ਪੈਸੇ ਮੇਰੇ ਕੋਲੇ ਕੋਈ ਨਹੀਂ ਤੇ 1000 ਰੁਪਈਆ ਦਿਓ ਮੇਰਾ ਭਰਾ ਮੈਂ ਤੇਰੇ ਕੇ ਹੱਥ ਬੰਨਣਾ ਪਈਏ ਐ ਅਸੀਂ ਚੱਲੇ ਹਾਂ ਬਹਿ ਜਾ ਬਾਈ ਬਾਈ ਬਹਿ ਜਾ ਅਸੀਂ ਰੱਜੇ ਆ ਨਹੀਂ ਯਾਰ ਰੋਟੀ ਖਾ ਕੇ ਜਾਣਾ ਅਸੀਂ ਰੱਜੇ ਆ ਤੂੰ ਸਾਨੂੰ ਲੁੱਟਣ ਲੱਗੇ ਬਹਿ ਜਾ ਅਸੀਂ ਆਖਿਆ ਚਲੋ ਮੁੰਡੇ ਨੂੰ ਲੈ ਕੇ ਜੰਨੇ ਕਿਤੇ ਜਾ ਕੇ ਤੂੰ ਸਾਨੂੰ ਲੁੱਟਣ ਬਈ ਚੱਲ ਬੋਤਲ ਲੈ ਜਾ ਇਹਨੇ ਚੰਗਾ ਨੂੰ